ਇਹ ਛਾਤੀ ਚ ਪੀੜ, ਢਿੱਡ ਚ ਮਰੋੜ, ਗੋਡਿਆਂ ਚ ਚੀਸਾਂ, ਪਿੰਡੇ ਤੇ ਖਾਰਸ਼, ਅੱਖਾਂ ਤੇ ਫੋਲੇ ਦੀ ਦਵਾਈ ਲੈ। ਇਹ ਗੋਲੀਆਂ ਲੈ, ਕੈਪਸੂਲ ਲੈ, ਪੁੜੀਆਂ ਲੈ, ਵਧੀਆ ਟੀਕੇ ਲਵਾ। ਇਹ ਟੁੱਟੀਆਂ ਭੱਜੀਆਂ ਲੱਤਾਂ ਬਾਹਾਂ ਤੇ ਪਲਸਤਰ ਲਵਾ ਲਓ, ਸਰੀਏ ਪਵਾ ਲਓ, ਵਧੀਆ ਪੱਟੀਆਂ ਕਰਾ ਲਓ। ਹਾਂ ਬੀਬੀ ਭੈਣਾਂ, ਕੋਈ ਬਿਮਾਰ ਸ਼ਮਾਰ? ਨਹੀਂ, ਡਾਕਟਰ ਸਾਹਿਬ ਠੀਕ ਠਾਕ ਆ। ਅੰਦਰੋਂ ਪਤਾ ਕਰ ਲਓ, ਕੋਈ ਸੱਟ, ਕੋਈ ਸੋਜ? ਸਭ ਠੀਕ ਆ ਡਾਕਟਰ ਸਾਹਿਬ। ਹੱਦ ਹੋ ਗਈ ਬੀਬੀ, ਇੰਨਾ ਮੀਂਹ ਪੈਣ ਡਿਆ, ਇੰਨਾ ਮੱਛਰ ਹੋਇਆ, ਫੇਰ ਸਾਰੇ ਠੀਕ ਹੀ ਤੁਰੇ ਫਿਰਦੇ? ਕੋਈ ਅੰਦਰੋਂ ਪਤਾ ਕਰ ਬੀਬੀ, ਕਿਸੇ ਦੇ ਵੱਟ ਵੁੱਟੀ ਪੈਣ ਡਿਆ ਹੋਵੇ? ਤੈਨੂੰ ਕਿਹਾ ਡਾਕਟਰ ਸਾਹਿਬ ਠੀਕ ਠਾਕ ਆ, ਬੋਲ ਬੋਲ ਕੇ ਸਿਰ ਪੀੜ ਲਾਤੀ ਆ। ਤੇ ਚੱਲ ਫਿਰ ਬੀਬੀ, ਸਿਰ ਪੀੜ ਦੀ ਦਵਾਈ ਲੈ, ਮੈਂ ਤਾਂ ਸਿਰ ਦੀ ਪੋਣੀ ਵੀ ਨੀ ਉਹ ਕੀਤੀ। ਭਾਂਡੇ ਕਲੀ ਕਰਨ ਵਾਲੇ ਵਾਂਗੂ ਨਾ ਇਹਨਾਂ ਨੇ ਮਰੀਜ਼ ਬੂਹੇ ਜੀ ਲੰਮੇ ਪਾ ਕੇ ਉਹਦਾ ਆਪਰੇਸ਼ਨ ਕਰ ਦਿਆ ਕਰਨਾ। ਡਾਕਟਰ, ਕਿੰਨਾ ਕੁ ਟਾਈਮ ਲੱਗਣਾ ਭਲਾ? ਬਸ ਇੱਕ ਮਿੰਟ, ਦਿੱਲੀ ਬਦਲਣਾ ਜੀ। ਅਵੇਲਾ ਹੋ ਗਿਆ ਜੀ, ਜਰਾ ਗੁਰਦੇ ਚੋਂ ਪੱਥਰੀ ਕਢਾਉਣੀ ਆ। ਡਾਕਟਰਾਂ ਦੀ ਗੱਲ ਛੱਡ, ਜਿਹੜਾ ਵਕੀਲਾਂ ਦਾ ਹਾਲ ਹੁਣ ਦੇਖੀ, ਐਨ ਵੈਲ ਕੁਆਲੀਫਾਈਡ ਵੀ ਵਕੀਲ ਜਿਹੜੇ ਨਾ, ਪਰ ਇਹਦਾ ਗਲੀਆਂ 'ਚ ਫੇਰ ਫਿਰ ਕੇ ਕਾਰੋਬਾਰ ਕਰਨਗੇ। ਇਹ ਦਫਾ 304, 109, ਦਫਾ 420, 751 ਦੀਆਂ ਜ਼ਮਾਨਤਾਂ ਕਰਾ, ਤੁਹਾਡੇ ਦੁਸ਼ਮਣਾਂ ਨੂੰ ਭਾਜੜਾਂ ਪਵਾ ਦੇਵਾਂਗੇ, ਸਾਰੀ ਜ਼ਿੰਦਗੀ ਕਚਹਿਰੀਆਂ 'ਚ ਹੀ ਲੰਘਾ ਦੇਵਾਂਗੇ। ਇਹ ਝੂਠੇ ਗਵਾਹਾਂ ਦੇ ਬਿਆਨ ਦੁਆਰਾ ਝੂਠੇ ਕੇਸ ਲੜਾ, ਇਹ ਤੁਹਾਡੇ ਦੁਸ਼ਮਣਾਂ ਨੂੰ ਜੇਲ੍ਹ ਦੀਆਂ ਚੱਕੀਆਂ ਪਿਸਵਾ ਦੇਵਾਂਗੇ, ਉਮਰ ਕੈਦਾਂ ਕਰਾ ਦੇਵਾਂਗੇ, ਫਾਂਸੀਆਂ ਲਵਾ ਦੇਵਾਂਗੇ। ਹਾਂਜੀ ਸਰਦਾਰ ਜੀ, ਕਿਸੇ ਤੋਂ ਕੋਈ ਛੱਪੀ ਦਾ ਪਰਚਾ ਕਰਾਉਣਾ ਹੋਵੇ, ਕੋਈ ਨਜਾਇਜ਼ ਕਬਜ਼ਾ ਕਰਕੇ ਸਟੇਅ ਲੈਣੀ ਹੋਵੇ? ਨਹੀਂ ਜੀ, ਐਸੀ ਕੋਈ ਗੱਲ ਨਹੀਂ ਲੋੜ ਹੈ ਜੀ। ਠੀਕ ਹੈ ਫਿਰ, ਇੱਦਾਂ ਕਰੋ, ਮੇਰਾ ਕਾਰਡ ਤੁਸੀਂ ਰੱਖ ਲਓ, ਕਿਤੇ ਕੋਈ ਕਤਲ ਸ਼ਤਲ ਹੋ ਜਾਂਦਾ, ਕਿਸੇ ਦਾ ਸਿਰ ਪਾੜ ਪਓ, ਮੁੰਡਾ ਆਪਣਾ ਕਿਸੇ ਦੀ ਗੁੱਡੀ ਕੱਢ ਕੇ ਲੈ ਜੇ, ਮਾੜਾ ਜਿਹਾ ਫੋਨ ਕਰ ਦਿਓ, ਵਾਲ ਨਹੀਂ ਵਿੰਗਾ ਹੋਣ ਦਿੰਦੇ। ਠੀਕ ਹੈ ਜੀ। ਇਹ 751 ਛੱਬੀ ਦਾ ਕੁਕੀ ਸਾਹਿਬ, ਲੋਕਾਂ ਦੇ ਤਵੇ ਲਏ ਜਾਂਦੇ ਹੋ, ਤੁਹਾਡੇ ਕਲਾਕਾਰਾਂ ਦਾ ਕੀ ਹਾਲ ਹੋਣਾ? ਲੈ ਕਲਾਕਾਰਾਂ ਦਾ ਕੀ ਹਾਲ ਹੋਣਾ, ਕਲਾਕਾਰ ਵੀ ਗਲੀਆਂ ਮਹੱਲਿਆਂ 'ਚ ਹੋਕੇ ਦਿੰਦੇ ਫਿਰਨਗੇ। ਆ ਵਧੀਆ ਪ੍ਰੋਗਰਾਮ ਕਰਾ ਲਓ, ਸਟੇਜਾਂ ਲਵਾ ਲਓ, ਖਾੜੇ ਲਵਾ ਲਓ, ਘੱਟ ਕੱਪੜਿਆਂ ਵਾਲੀਆਂ ਕੁੜੀਆਂ ਰਜਾ ਲਓ। ਆ ਵਧੀਆ ਪ੍ਰੋਗਰਾਮ ਕਰਾ ਲਓ, ਸਟੇਜਾਂ ਲਵਾ ਲਓ, ਖਾੜੇ ਲਵਾ ਲਓ, ਘੱਟ ਕੱਪੜਿਆਂ ਵਾਲੀਆਂ ਕੁੜੀਆਂ ਨਚਾ ਲਓ। ਓ ਹੈਲੋ, ਆਪਣਾ ਭਾਈ ਸਾਹਿਬ, ਇੱਕ ਵਿਆਹ ਦਾ ਪ੍ਰੋਗਰਾਮ ਜਿਹਾ ਬੁੱਕ ਕਰਾਉਣਾ ਸੀ, ਕਿੰਨੇ ਪੈਸੇ ਲਏਗਾ? ਵੇਖੋ ਜੀ, ਲੋਕਾਂ ਕੋਲੋਂ 40,000 ਲਈਦਾ, ਤੁਹਾਡੇ ਕੋਲੋਂ 35,000 ਲੈ ਲਾਂਗੇ ਜੀ। 35,000 ਤੇ ਜ਼ਿਆਦਾ ਯਾਰ, ਘੱਟ ਕਰ ਥੋੜਾ ਬਹੁਤ। ਤੇ ਚਲੋ ਫਿਰ ਤੁਸੀਂ 30,000 ਰੁਪਈਆ ਦੇ ਦਿਓ। 30,000 ਇਹ ਵੀ ਜ਼ਿਆਦਾ ਆ, ਕੁਝ ਹੋਰ ਘੱਟ ਕਰ ਥੋੜਾ ਬਹੁਤ। ਵੇਖੋ, ਇੰਨੀ ਦੇਰ ਗਾਉਣਾ ਜੀ, ਇੰਨਾ ਜ਼ੋਰ ਲੱਗਦਾ ਤੇ ਨਾਮਾਂ ਦਾ ਵੀ ਪਤਾ ਨਹੀਂ ਹੋਣੇ ਆ ਕਿ ਨਹੀਂ। ਚਲੋ ਤੁਸੀਂ ਇਤਨਾ ਕਰਿਓ ਫਿਰ, 20,000 ਦੇ ਛੜਿਓ। 20,000 ਚੱਲ ਠੀਕ ਆ, 20,000। ਇਹ ਨਾਲ ਇੱਕ ਡਾਂਸਰ ਵੀ ਕਰਨੀ ਆ। ਵੇਖੋ, ਡਾਂਸਰ ਤੇ ਲੈ ਆਵਾਂਗੇ ਜੀ, ਪਰ ਡਾਂਸਰ ਦੇ ਪੈਸੇ ਵੱਖਰੇ ਲੱਗਣੇ ਜੇ, 5,000 ਰੁਪਈਆ ਲੱਗਣਾ। ਨਹੀਂ ਯਾਰ, ਡਾਂਸਰ ਦੇ ਪੈਸੇ ਘਟਾ। ਨਹੀਂ ਵੇਖ ਲਓ ਜੀ, ਡਾਂਸਰ ਦੇ ਪੈਸੇ ਨਹੀਂ ਜੇ ਘਟਣੇ, ਕੱਪੜੇ ਕਹੋਗੇ ਥੋੜੇ ਜਿਹੇ ਹੋਰ ਘਟਾ ਦੇਵਾਂਗੇ।